सत श्री अकाल दोस्तों, एक बार फिर तुहाडा स्वागत है जी मेरे चैनल दे सुखविंदर वीज़ा एक्सपर्ट। कुछ टाइम बाद वीडियो पाई है जी, उहदा रीज़न है, स्पैसीफिक रीज़न है क्योंकि थोड़ा जा बिजी सीगे ऑफिस वर्क दे विच, दोबारा तो सारा कुछ रीशेड्यूल कर रहे सी। यूके दियां बहुत सारियां एप्लीकेशन आ रही ने, इंस्टाग्राम के उत्ते बहुत सारे जिहड़े स्टूडेंट्स ने वह एप्लीकेशन भेज रहे हैं, तो वैसे भी विजिटर भी हुण ऑफिस दे विच वध चुके ने क्योंकि करोना का जिहड़ा अपना लॉकडाउन 2 सीगा ते हुण लॉकडाउन 3 होण वाला, उहदे करके जिहड़े विजिटर्स ने वो फ्रीकुएंटली ऑफिस दे विच विजिट कर रहे हैं, तां करके जिहड़ी वीडियो पाउण दे विच थोड़ा डिले हो गया। दोस्तों अज दी वीडियो यूके नूं लैके आ, यूके वल्लों बहुत सारे पॉजिटिव साइन ने, बहुत सारिया न्यूज़ ने, यूके की अपडेट लैके आए जी अज मैं, तां यूके की अपडेट तुहाडे नाल सांझी करांगे। सब तो पहली जिहड़ी यूके की अपडेट आ वो ये है कि यूके की एम्बैसी जिवें मैं तुहानूं दस्सिया सी कि 6 जुलाई तो ओपन हो चुकी है। 6 जुलाई तो बाद जिहड़ियां फाइलां ने एम्बैसी दे विच जाणियां स्टार्ट हो गईयां, स्टूडेंट्स अपनियां फाइलां जिहड़ियां उत्थे लगा सकदे ने। जिहड़ा तुहाडा वीज़ा है, जिवें ਤੁਸੀਂ ਮੰਨ ਲਓ ਅੱਜ ਵੀਜ਼ਾ ਅਪਲਾਈ ਕਰਦੇ ਹੋ, ਤਾਂ ਜਿਹੜੀ ਅੰਬੈਸੀ ਵੱਲੋਂ ਤੁਹਾਨੂੰ ਮੇਲ ਆਉਂਦੀ ਹੈ ਉਹਦੇ ਵਿੱਚ ਇਹ ਮੇਲ ਆਉਂਦੀ ਹੈ ਕਿ ਤੁਹਾਡਾ ਵੀਜ਼ਾ ਤੁਹਾਨੂੰ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਅੰਬੈਸੀ ਕੋਸ਼ਿਸ਼ ਕਰੂਗੀ ਤੁਹਾਨੂੰ ਵੀਜ਼ਾ ਦੇਣ ਦੇ ਲਈ। ਅਤੇ ਉਸ ਤੋਂ ਬਾਅਦ ਯੂਕੇ ਅੰਬੈਸੀ ਨੇ ਇੱਕ ਸਟੂਡੈਂਟਸ ਲਈ ਡੈਡੀਕੇਟਿਡਲੀ ਜਿਹੜਾ ਸੈਟਰਡੇ ਹੈ, ਪਹਿਲਾਂ ਜਿਹੜੀ ਅੰਬੈਸੀ ਓਪਨ ਹੁੰਦੀ ਸੀ ਉਹ ਮੰਡੇ ਟੂ ਫਰਾਈਡੇ ਓਪਨ ਹੁੰਦੀ ਸੀਗੀ, ਸਟੂਡੈਂਟ ਆਪਣਾ ਜਾਂਦੇ ਸੀ ਉੱਥੇ ਅਤੇ ਫਾਈਲ ਜਮ੍ਹਾਂ ਕਰਾਉਂਦੇ ਸੀ। ਹੁਣ ਅੰਬੈਸੀ ਨੇ ਇੱਕ ਨਵਾਂ ਡਿਸੀਜਨ ਲਿੱਤਾ ਕਿ ਸਪੈਸ਼ਲੀ ਸਟੂਡੈਂਟਸ ਲਈ ਜਿਹੜੀ ਅੰਬੈਸੀ ਆ ਉਹ ਸੈਟਰਡੇ ਨੂੰ ਵੀ ਓਪਨ ਹੋਊਗੀ। ਸੈਟਰਡੇ ਨੂੰ ਵੀ ਤੁਸੀਂ ਜਿਹੜੀਆਂ ਆਪਣੀਆਂ ਫਾਈਲਸ ਨੇ ਉਹ ਤੁਸੀਂ ਅੰਬੈਸੀ ਦੇ ਵਿੱਚ ਜਾ ਕੇ ਡਿਪੋਜ਼ਿਟ ਕਰ ਸਕਦੇ ਹੋ। ਅਤੇ ਦੋਸਤੋ ਇੱਕ ਅਪਡੇਟ ਤੁਹਾਡੇ ਲਈ ਹੋਰ ਹੈ ਜੀ, ਉਹ ਸਾਰੇ ਸਟੂਡੈਂਟ ਜੋ ਕਿ ਪੋਸਟ ਸਟੱਡੀ ਵਰਕ ਪਰਮਿਟ ਨੂੰ ਲੈ ਕੇ ਥੋੜ੍ਹੇ ਜਿਹੇ ਚਿੰਤਾ ਦੇ ਵਿੱਚ ਸੀਗੇ, ਉਹਨਾਂ ਸਾਰਿਆਂ ਲਈ ਇਹ ਇੱਕ ਚੰਗੀ ਖਬਰ ਹੈ ਕਿ ਯੂਕੇ ਨੇ ਪੋਸਟ ਸਟੱਡੀ ਵਰਕ ਪਰਮਿਟ ਹੈ 3 ਸਾਲ ਕਰ ਦਿੱਤਾ ਜੀ PhD ਦੇ ਸਟੂਡੈਂਟਸ ਲਈ। ਅਤੇ ਉਸ ਤੋਂ ਬਾਅਦ ਜੇ ਕੋਈ ਮਾਸਟਰ ਦਾ ਪ੍ਰੋਗਰਾਮ ਵਿਦ ਪਲੇਸਮੈਂਟ ਈਅਰ ਲੈ ਕੇ, ਮਾਸਟਰ ਦਾ ਪ੍ਰੋਗਰਾਮ ਲੈ ਕੇ ਯੂਕੇ ਜਾ ਰਿਹਾ, ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਪੋਸਟ ਸਟੱਡੀ ਵਰਕ ਪਰਮਿਟ ਉਹ 3 ਸਾਲ ਦਾ ਮਿਲੂਗਾ। 3 ਸਾਲ ਦੇ ਵਿੱਚੋਂ 1 ਸਾਲ ਤੁਹਾਨੂੰ ਪਲੇਸਮੈਂਟ ਈਅਰ ਮਿਲੂਗਾ ਜੀ, 2 ਸਾਲ ਦਾ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਮਿਲੂਗਾ। ਸੋ ਇੱਕ ਚੰਗੀ ਖਬਰ ਹੈ ਕਿ ਜਿਹੜਾ ਵਰਕ ਪਰਮਿਟ ਨੂੰ ਲੈ ਕੇ ਯੂਕੇ ਗਵਰਨਮੈਂਟ ਥੋੜ੍ਹੀ ਜਿਹੀ ਸੀਰੀਅਸ ਹੈ ਇਸ ਟਾਈਮ। ਜਿੰਨੇ ਵੀ ਬੱਚੇ ਬੈਚੁਲਰ ਨੇ ਜਾਂ ਜਿੰਨੇ ਵੀ ਸਮਰ 2020 ਦੇ ਵਿੱਚ ਬੈਚੁਲਰ ਕਰਨਗੇ, ਆਪਣੇ ਗ੍ਰੈਜੂਏਟ ਹੋਣਗੇ, ਉਹਨਾਂ ਨੂੰ ਪੋਸਟ ਸਟੱਡੀ ਵਰਕ ਪਰਮਿਟ ਆ ਜਿਹੜਾ ਮਿਲੂਗਾ। ਉਸ ਤੋਂ ਬਾਅਦ ਦੋਸਤੋ ਟਰੈਵਲ ਨੂੰ ਲੈ ਕੇ ਬਹੁਤ ਬੱਚੇ ਚਿੰਤਾ ਦੇ ਵਿੱਚ ਨੇ। ਯੂਕੇ ਗਵਰਨਮੈਂਟ ਨੇ ਟਰੈਵਲ ਨੂੰ ਲੈ ਕੇ ਇਹ ਐਡਵਾਈਜ਼ਰੀ ਦਿੱਤੀ ਹੈ ਕਿ ਪਹਿਲਾਂ ਜਿਵੇਂ ਤੁਸੀਂ ਤੁਹਾਡਾ ਮੰਨ ਲਓ ਵੀਜ਼ਾ ਆ ਗਿਆ, ਵੀਜ਼ਾ ਆਉਣ ਤੋਂ ਪਹਿਲਾਂ ਤੁਸੀਂ 20 ਜਾਂ 25 ਦਿਨ ਜਾਂ 15 ਦਿਨ ਪਹਿਲਾਂ ਹੀ ਤੁਸੀਂ ਟਰੈਵਲ ਕਰ ਸਕਦੇ ਸੀ। ਹੁਣ ਯੂਕੇ ਗਵਰਨਮੈਂਟ ਨੇ ਫੈਸਲਾ ਲਿੱਤਾ ਕਿ ਜਿੰਨੇ ਵੀ ਬੱਚੇ ਜਿਨ੍ਹਾਂ ਦੇ ਵੀਜ਼ੇ ਆਏ ਹੋਏ ਨੇ ਉਹ ਆਪਣੇ ਵੀਜ਼ਾ ਤੋਂ 6 ਮਹੀਨੇ ਪਹਿਲਾਂ ਤੱਕ ਟਰੈਵਲ ਕਰ ਸਕਦੇ ਨੇ। ਮੰਨ ਲਓ ਜੇ ਕਿਸੇ ਬੱਚੇ ਨੇ ਜਨਵਰੀ ਦੇ ਵਿੱਚ ਜਾਣਾ ਤਾਂ ਉਹ ਇਸ ਟਾਈਮ ਜਿਹੜਾ ਹੈਗਾ ਟਰੈਵਲ ਕਰ ਸਕਦਾ, ਜਾਂ ਮੰਨ ਲਓ ਕਿਸੇ ਬੱਚੇ ਨੇ ਜਿਹੜਾ ਹੈਗਾ ਸੈਪਟੈਂਬਰ ਇੰਡੀਆ 'ਚ ਜਾਣਾ ਤਾਂ ਉਹ ਮਾਰਚ ਜਾਂ ਅਪ੍ਰੈਲ ਦੇ ਵਿੱਚ ਜਿਹੜਾ ਹੈਗਾ ਯੂਕੇ ਨੂੰ ਟਰੈਵਲ ਕਰ ਸਕਦਾ। ਸੋ ਇਹ ਇੱਕ ਗੁੱਡ ਸਾਈਨ ਹੈ ਕਿ ਜੇ ਤੁਸੀਂ ਯੂਕੇ ਨੂੰ ਟਰੈਵਲ ਕਰੋਗੇ ਪਹਿਲਾਂ ਉੱਥੇ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਥੋੜ੍ਹਾ ਜਿਹਾ ਸਮਝੋਗੇ, ਤੁਹਾਨੂੰ ਤੁਹਾਡੀ ਯੂਨੀਵਰਸਿਟੀ ਦੀ ਜਿਹੜੀ ਲੋਕੇਸ਼ਨ ਪਤਾ ਚੱਲੂਗੀ, ਤੁਸੀਂ ਕਿੱਥੇ ਰਹਿਣਾ, ਕਿੱਥੇ ਤੁਹਾਡਾ ਤੁਸੀਂ ਕਿੱਥੇ ਕੰਮ ਕਰਨਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਥੋੜ੍ਹਾ ਜਿਹਾ ਯੂਜ਼ ਟੂ ਹੋ ਜਾਓਗੇ ਜੇ ਤੁਸੀਂ 6 ਮਹੀਨੇ ਪਹਿਲਾਂ ਜਾਓਗੇ। ਸੋ ਇੱਕ ਚੰਗਾ ਡਿਸੀਜ਼ਨ ਹੈ ਇਹ, ਜੇ ਆਪਾਂ ਕਹੀਏ ਤਾਂ ਇਹ ਇੱਕ ਚੰਗਾ ਡਿਸੀਜ਼ਨ ਹੈ। ਉਸ ਤੋਂ ਬਾਅਦ ਆਪਾਂ ਐਜੂਕੇਸ਼ਨ ਦੀ ਗੱਲ ਕਰ ਲੈਂਦੇ, ਜਿਹੜੀ ਯੂਕੇ ਦੇ ਵਿੱਚ ਐਜੂਕੇਸ਼ਨ ਹੈ ਉਹ ਬਲੈਂਡਡ ਐਜੂਕੇਸ਼ਨ ਸਿਸਟਮ ਦੇ ਬੇਸ 'ਤੇ ਹੀ ਚੱਲੂਗੀ, ਚਾਹੇ ਕੋਈ ਸਪਟੈਂਬਰ ਇਨਟੇਕ ਲਗਾਉਣ ਜਾ ਰਿਹਾ, ਚਾਹੇ ਕੋਈ ਜਨਵਰੀ ਇਨਟੇਕ ਲਗਾਉਣ ਜਾ ਰਿਹਾ, ਉਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਬਲੈਂਡਡ ਐਜੂਕੇਸ਼ਨ ਹੋਊਗੀ। ਬਲੈਂਡਡ ਐਜੂਕੇਸ਼ਨ ਦੇ ਵਿੱਚ ਤੁਹਾਡੀ ਐਜੂਕੇਸ਼ਨ ਆਫਲਾਈਨ ਵੀ ਹੋ ਸਕਦੀ ਹੈ ਅਤੇ ਔਨਲਾਈਨ ਵੀ ਹੋ ਸਕਦੀ ਹੈ। ਜਨਵਰੀ ਦਾ ਬਹੁਤ ਸਾਰੇ ਬੱਚਿਆਂ ਨੂੰ ਭੁਲੇਖਾ ਸੀ ਕਿ ਜਨਵਰੀ ਦੇ ਵਿੱਚ 100% ਜਿਹੜੀਆਂ ਕਲਾਸਿਸ ਨੇ ਉਹ ਆਫਲਾਈਨ ਹੋਣਗੀਆਂ, ਬਟ ਇੱਦਾਂ ਦਾ ਕੁਛ ਨਹੀਂ ਹੈਗਾ ਦੋਸਤੋ। ਜਿਹੜੇ ਵੀ ਬੱਚੇ ਜਨਵਰੀ ਦੇ ਵਿੱਚ ਜਾਣਗੇ ਉਹਨਾਂ ਦੀਆਂ ਕਲਾਸਾਂ ਵੀ ਬਲੈਂਡਡ ਐਜੂਕੇਸ਼ਨ ਸਿਸਟਮ ਦੇ ਤਹਿਤ ਹੀ ਲੱਗਣਗੀਆਂ, ਉਹਨਾਂ ਨੂੰ ਆਫਲਾਈਨ ਕਲਾਸਾਂ ਵੀ ਲਾਉਣੀਆਂ ਪੈਣੀਆਂ ਅਤੇ ਉਹਨਾਂ ਨੂੰ ਆਨਲਾਈਨ ਕਲਾਸਿਸ ਨੇ ਜਿਹੜੀਆਂ ਉਹ ਵੀ ਲਗਾਉਣੀਆਂ ਪੈਣੀਆਂ ਨੇ। ਜਨਵਰੀ ਇਨਟੇਕ ਨੂੰ ਲੈ ਕੇ ਇੱਕ ਹੋਰ ਬਹੁਤ ਵੱਡੀ ਅਪਡੇਟ ਹੈ, ਜਿਵੇਂ ਕਿ ਪਹਿਲਾਂ ਆਪਾਂ ਸਟੂਡੈਂਟ ਟੀਅਰ 4 ਦੇ ਅੰਡਰ ਆਪਾਂ ਵੀਜ਼ਾ ਲਾਉਂਦੇ ਸੀ, ਉਹਦੇ ਵਿੱਚ ਆਪਾਂ ਨੂੰ 40 ਪੁਆਇੰਟ ਚਾਹੀਦੇ ਸੀਗੇ ਸਟੂਡੈਂਟ ਵੀਜ਼ਾ ਲੈਣ ਲਈ, ਬਟ ਜਨਵਰੀ ਇਨਟੇਕ ਦੇ ਵਿੱਚ ਹੁਣ ਇੱਦਾਂ ਨਹੀਂ ਹੋਊਗਾ। ਜਨਵਰੀ ਇਨਟੇਕ ਦੇ ਵਿੱਚ ਆਪਾਂ ਨੂੰ 70 ਪੁਆਇੰਟ ਚਾਹੀਦੇ ਨੇ ਵੀਜ਼ਾ ਲੈਣ ਲਈ। 70 ਪੁਆਇੰਟ ਦੇ ਵਿੱਚੋਂ 50 ਪੁਆਇੰਟ ਤੁਹਾਡੇ ਕੈਸ਼ ਲੈਟਰ ਦੇ ਹੋਣਗੇ ਜੀ, 10 ਪੁਆਇੰਟ ਤੁਹਾਡੇ ਫਾਈਨੈਂਸ਼ੀਅਲਸ ਦੇ ਹੋਣਗੇ ਅਤੇ 10 ਪੁਆਇੰਟ ਤੁਹਾਡੇ ਇੰਗਲਿਸ਼ ਲੈਵਲ ਦੇ ਹੋਣਗੇ। ਉਹ 10 ਪੁਆਇੰਟ ਜਿਹੜੇ ਅੰਬੈਸੀ ਨੇ ਉਹ ਯੂਨੀਵਰਸਿਟੀ ਦੇ ਉੱਤੇ ਛੱਡੇ ਨੇ ਕਿ ਉਹਨਾਂ ਨੇ ਤੁਹਾਡੀ ਇੰਗਲਿਸ਼ ਅਸੈਸਮੈਂਟ ਕਿੱਦਾਂ ਕੀਤੀ ਹੈ, ਉਹਨਾਂ ਨੇ ਤੁਹਾਡਾ ਆਇਲਸ ਦਾ ਸਕੋਰ ਦੇਖਿਆ, PT ਦਾ ਸਕੋਰ ਦੇਖਿਆ, ਉਹਨਾਂ ਨੇ ਤੁਹਾਡਾ ਟੋਫਲ ਦਾ ਸਕੋਰ ਦੇਖਿਆ, ਉਹਨਾਂ ਨੇ ਤੁਹਾਡੇ ਜਿਹੜੇ ਹੈਗੇ ਨੇ ਪ੍ਰੀਵੀਅਸ ਐਜੂਕੇਸ਼ਨ ਦੇ ਵਿੱਚ ਜਿਹੜੀ ਤੁਹਾਡੇ ਇੰਗਲਿਸ਼ ਦੇ ਵਿੱਚੋਂ ਪਰਸੈਂਟੇਜ ਹੈ ਉਹਨਾਂ ਨੇ ਉਹ ਦੇਖੀ ਹੈ, ਜਾਂ ਫਿਰ ਯੂਨੀਵਰਸਿਟੀ ਨੇ ਆਪਣੇ ਵੱਲੋਂ ਪਰਸਨਲੀ ਕੋਈ ਇੰਟਰਵਿਊ ਲੈ ਕੇ ਤੁਹਾਡੀ ਇੰਗਲਿਸ਼ ਅਸੈਸਮੈਂਟ ਕੀਤੀ ਹੈ। ਉਹ ਸਾਰੀ ਜਿਹੜੀ ਚੀਜ਼ਾਂ ਨੇ ਉਹ ਯੂਨੀਵਰਸਿਟੀ ਦੇ ਬੇਸ 'ਤੇ ਡਿਪੈਂਡ ਕਰਦੀਆਂ ਨੇ ਕਿ ਯੂਨੀਵਰਸਿਟੀ
ਯੂਨੀਵਰਸਿਟੀ ਤੁਹਾਡੀ ਇੰਗਲਿਸ਼ ਲੈਵਲ ਕਿੱਦਾਂ ਅਸੈਸਮੈਂਟ ਕਰਦੀ ਹੈ। ਸੋ ਦੋਸਤੋ ਇਹਦੇ ਨਾਲ ਥੋੜ੍ਹਾ ਜਿਹਾ ਟਫ ਹੋ ਜੂਗਾ ਯੂਕੇ। ਜਿੰਨੇ ਵੀ ਸਟੂਡੈਂਟਸ ਹੁਣ ਸੈਪਟੈਂਬਰ ਦੇ ਵਿੱਚ ਅਪਲਾਈ ਕਰ ਰਹੇ, ਮੈਂ ਪਹਿਲਾਂ ਵੀ ਲਾਸਟ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਸੈਪਟੈਂਬਰ ਇਨਟੇਕ ਦੇ ਵਿੱਚ ਵੀਜ਼ਾ ਲੈਣਾ ਈਜ਼ੀ ਰਹੂਗਾ ਐਸ ਕੰਪੇਅਰ ਟੂ ਜਨਵਰੀ ਇਨਟੇਕ। ਸੋ ਆਪਾਂ ਨੂੰ ਹੁਣ ਪਤਾ ਚੱਲ ਗਿਆ ਕਿ ਕਿਤੇ ਤਾਂ ਆਪਾਂ ਪਹਿਲਾਂ 40 ਪੁਆਇੰਟ ਲੈਣੇ ਸੀ ਅਤੇ ਕਿਤੇ ਹੁਣ ਆਪਾਂ ਨੂੰ 70 ਪੁਆਇੰਟ ਲੈਣੇ ਪੈਣੇ ਨੇ। ਕੋਈ ਜ਼ਿਆਦਾ ਉਹ ਨਹੀਂ ਹੈਗਾ, ਸਿਰਫ ਇੰਗਲਿਸ਼ ਅਸੈਸਮੈਂਟ ਦਾ ਫਰਕ ਹੈ, ਜੇ ਤੁਹਾਡੀ ਇੰਗਲਿਸ਼ ਚੰਗੀ ਹੈ ਤਾਂ ਵੀਜ਼ਾ ਤੁਹਾਨੂੰ ਮਿਲ ਜੂਗਾ। ਸੋ ਦੋਸਤੋ ਜੇ ਤੁਸੀਂ ਵੀ ਆਪਣਾ ਯੂਕੇ ਦਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਹੇਠ ਲਿਖੇ ਨੰਬਰਾਂ 'ਤੇ, ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਤੁਸੀਂ ਮੈਸੇਜ ਕਰ ਸਕਦੇ ਹੋ, ਆਪਣੇ ਡਾਕੂਮੈਂਟ ਸ਼ੇਅਰ ਕਰ ਸਕਦੇ ਹੋ, ਜਾਂ ਫਿਰ ਜਿਹੜੀ ਮੇਰੀ ਈਮੇਲ ਆਈਡੀ ਹੈ, ਈਮੇਲ ਆਈਡੀ 'ਤੇ ਤੁਸੀਂ ਮੈਨੂੰ ਆਪਣੀ ਪ੍ਰੋਫਾਈਲ ਭੇਜ ਸਕਦੇ ਹੋ। ਮੈਂ ਤੁਹਾਨੂੰ ਜਿਹੜੇ ਤੁਹਾਡੇ ਕੋਰਸਿਸ, ਤੁਸੀਂ ਕਿੱਥੇ ਐਲੀਜੀਬਲ ਹੋ, ਤੁਹਾਡੀ ਫਾਈਲ ਐਲੀਜੀਬਲ ਹੈ ਯੂਕੇ ਲਈ ਜਾਂ ਨਹੀਂ ਹੈ, ਉਹ ਮੈਂ ਤੁਹਾਨੂੰ ਕਲੀਅਰਲੀ ਦੱਸ ਦੂੰਗਾ। ਸੋ ਦੋਸਤੋ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੀ। ਮੈਂ ਇੱਦਾਂ ਦੀ ਹੀ ਇਨਫੋਰਮੇਟਿਵ ਵੀਡੀਓ ਪਾਉਂਦਾ ਰਹਿੰਦਾ ਜਿਹਨਾਂ ਦਾ ਕਿ ਤੁਹਾਨੂੰ ਫਾਇਦਾ ਮਿਲ ਸਕੇ। ਜੇ ਤੁਹਾਡੀ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਮੈਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਅਗਲੀ ਵੀਡੀਓ ਤੁਹਾਡੀ ਕੁਐਰੀ 'ਤੇ ਹੋਏਗੀ ਜੀ, ਅਤੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।